ਜਿਹੜਾ ਰਿਟਾਇਰਡ ਜਿਹੜੇ ਡੀਜੀਪੀ ਹੈਗੇ ਉਹਨਾਂ ਵੱਲੋਂ ਹਾਜੀ ਅਨਵਰ ਕੇਸ ਦੇ ਵਿੱਚ ਅਪੀਲ ਕੀਤੀ ਗਈ ਤੇ ਕੁਦੂ ਦੇ ਪਰਿਵਾਰ ਵੱਲੋਂ ਖਾਸ ਕਰਕੇ ਅਪੀਲ ਕੀਤੀ ਗਈ ਜਿਹੜੇ ਇਲਜ਼ਾਮ ਲੱਗੇ ਨੇ ਉਸ ਦੇ ਵਿੱਚ ਕੁਝ ਅਪਡੇਟ ਹੈ ਜੀ ਕਿੱਥੇ ਤੱਕ ਪਹੁੰਚੇ ਇਹ ਦੋਨੇ ਮਾਮਲੇ ਬਿਆਨ ਵੀ ਲੈ ਲਿਆ ਗਿਆ ਹੈ ਹੋਰ ਜਿਨ੍ਹਾਂ ਦਾ ਬਿਆਨ ਲੈਣਾ ਹੋਗਾ ਲੈ ਲਿਆ ਜਾਊਗਾ ਹੋਗਾ ਵਹੀ ਜੋ ਸੱਚਾਈ ਹੈ ਪਾਲ ਦੇ ਵਿੱਚ ਜਾਂ ਦੋ ਮਹੀਨੇ ਦੇ ਵਿੱਚ ਜਿਹੜਾ ਮਾਹੌਲ ਹੈ ਕਿਸੇ ਸ਼ਹਿਰ ਦਾ ਨਹੀਂ ਖਰਾਬ ਹੁੰਦਾ ਤੁਹਾਡਾ ਬਹੁਤ ਵੱਡਾ ਤਜਰਬਾ ਹੈ ਬਹੁਤ ਵੱਡੇ ਵੱਡੇ ਮਾਮਲਿਆਂ ਨੂੰ ਤੁਸੀਂ ਹੱਲ ਕੀਤਾ ਔਰ ਨਤੀਜੇ ਤੇ ਲਿਆ ਕੇ ਰੱਖਿਆ ਮਲੇਰਕੋਟਲਾ ਸ਼ਹਿਰ ਦੇ ਵਿੱਚ ਤੁਸੀਂ ਕੀ ਮੰਨਦੇ ਹੋ ਕਿ ਕੀ ਕਾਰਨ ਰਿਹਾ ਕਿ ਗੈਂਗਸਟਰਾਂ ਨੂੰ ਢਿੱਲ ਦਿੱਤੀ ਗਈ ਜਾਂ ਗੈਂਗਸਟਰਾਂ ਦੀ ਪੁਸ਼ਤ ਪਨਾਹੀ ਸਿਆਸੀ ਲੋਕਾਂ ਵੱਲੋਂ ਕੀਤੀ ਗਈ ਮਲੇਰਕੋਟਲਾ ਦਾ ਪੂਰੇ ਪੰਜਾਬ ਦੇ ਵਿੱਚ ਪੰਜਾਬ ਵੀ ਨਹੀਂ ਹਿੰਦੁਸਤਾਨ ਦੇ ਇੱਕ ਬਥਰਾ ਇੰਪੋਰਟੈਂਸ ਹੈ ਠੀਕ ਹੈ ਤੇ ਇਹ ਇੱਕ ਹਿਸਟੋਰੀਕਲ ਸਾਰ ਅਸੀਂ ਸਾਰੇ ਜਾਣ ਇੱਥੇ ਤਾਂ ਮਾਹੌਲ ਹੈਗਾ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਜ਼ਿਆਦਾ ਖਰਾਬ ਹੋ ਸਕਦਾ ਸੀ ਕੜੀ ਨਾਲ ਕੜੀ ਮਲਾਈ ਜਾ ਰਹੀ ਹੈ ਤੇ ਫਿਰ ਉਹਨਾਂ ਗੈਂਗਸਟਰਾਂ ਨੂੰ ਕੀ ਕਹੋਗੇ ਜਿਹੜੀਆਂ ਤਿਆਰੀਆਂ ਕਰੀ ਬੈਠੇ ਨੇ ਇਸ ਤਰ੍ਹਾਂ ਦੀਆਂ ਮਾਹੌਲ ਖਰਾਬ ਕਰਨਾਂ ਦੀ ਇੱਕ ਸਿਸਟਮ ਹੀ ਬਣ ਗਿਆ ਹੈ ਅੱਜ ਇੱਕ ਮਰਡਰ ਹੋਇਆ ਫਿਰ ਉਸ ਤੋਂ ਕੁਝ ਦਿਨ ਬਾਅਦ ਕੋਈ ਉਸ ਕੋਈ ਹੋਰ ਮਰਡਰ ਹੋ ਜਾਏਗਾ ਫਿਰ ਕੋਈ ਹੋਰ ਮਰਡਰ ਹੋ ਜਾਏਗਾ ਤੇ ਇਸ ਚੀਜ਼ ਨੇ ਇਸ ਸਿਲਸਿਲੇ ਨੂੰ ਅਸੀਂ ਤੋੜ ਦੇਣਾ ਚਾਹੀਦਾ ਹੈ ਜੋ ਮੰਨ ਲਓ ਸੀਕ੍ਰੀਟ ਤੌਰ ਤੇ ਸੀਕ੍ਰੀਟ ਇਨਫੋਰਮੇਸ਼ਨ ਦੇਣਾ ਚਾਹ ਰਿਹਾ ਹੈ ਉਹ ਵੀ ਠੀਕ ਹੈ ਜੇਕਰ ਜੇਕਰ ਕੋਈ ਸਟੇਟਮੈਂਟ ਰਿਕਾਰਡ ਕਰਾਣਾ ਚਾਹੁੰਦਾ ਹੈ ਉਹ ਵੀ ਰਿਕਾਰਡ ਕਰਾ ਸਕਦਾ ਹੈ ਇੱਥੇ ਕਰਾ ਦੇਵੇ ਜਾਂ ਮੁਹਾਲੀ ਸਾਡੇ ਦਫਤਰ ਦੇ ਵਿੱਚ ਕਰਾ ਦੇਵੇ ਦੇ ਦਸ ਸਾਲਾਂ ਦੇ ਵਿੱਚ ਆਰਗੇਨਾਈਜ਼ਡ ਕਰਾਈਮ ਵਾਲੇ ਲੋਕ ਨੇ ਜਾਂ ਸਿਆਸੀ ਲੋਕ ਨੇ ਹਜੇ ਤੱਕ ਜਿਹੜਾ ਕਾਰਵਾਈ ਦੇ ਵਿੱਚ ਤੁਹਾਡੇ ਸਾਹਮਣੇ ਆਏ ਨੇ ਦੇਖੋ ਕਈ ਲੋਕ ਇਸ ਤਰ੍ਹਾਂ ਦੇ ਹੁੰਦੇ ਨੇ ਸੱਚ ਕਾਲ ਜੀ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਸਾਡੇ ਸਾਰੇ ਦਰਸ਼ਕਾਂ ਦਾ ਸਵਾਗਤ ਮੈਂ ਹਾਂ ਕਾਸਿਫ faruqui ਅੱਜ ਦਾ ਦਿਨ ਜਿਹੜਾ ਸ਼ਹਿਰ ਮਲੇਰਕੋਟਲਾ ਦੇ ਲਈ ਕਾਫੀ ਇੰਪੋਰਟੈਂਟ ਹੈ ਆਈਜੀ ਕੁਵਰ ਵਿਜੇ ਪ੍ਰਤਾਪ ਹਰੋਨੇ ਸ਼ਹਿਰ ਮਲੇਰਕੋਟਲਾ ਦੇ ਵਿੱਚ ਆ ਕੇ ਜਿਹੜੀ ਗੈਂਗਸਟਰਾਂ ਨੂੰ ਔਰ ਆਰਗੇਨਾਈਜ਼ਡ ਜਿਹੜੇ ਗੈਂਗਸਟਰ ਹੈਗੇ ਨੇ ਕ੍ਰਾਈਮ ਕਰਨ ਵਾਲੇ ਹੈਗੇ ਨੇ ਉਹਨਾਂ ਨੂੰ ਸਖਤ ਤਾੜਨਾ ਕੀਤੀ ਹੈ ਔਰ ਕਿਹਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਸਖਤੀ ਹੈ ਪੁਲਿਸ ਦੀ ਜਿਹੜੀ ਸਖਤੀ ਹੈ ਉਹ ਵਧਣ ਵਾਲੀ ਹੈ ਕਿ ਕੁਝ ਉਹਨਾਂ ਦਾ ਕਹਿਣਾ ਹੈ ਚਾਹੇ ਕੋਦੂ ਮਾਮਲਾ ਹੋਵੇ ਹਾਜੀ ਅਨਵਰ ਦਾ ਜਿਹੜਾ ਕਤਲ ਮਾਮਲਾ ਹੋਵੇ ਸਭ ਦੇ ਵਿੱਚ ਉਹਨਾਂ ਕੋਲ ਅਪਡੇਟ ਹੈਗੇ ਨੇ ਪਰ ਉਹਨਾਂ ਨੇ ਕਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹ ਇਸ ਚੀਜ਼ ਦਾ ਜਿਹੜਾ ਖੁਲਾਸਾ ਵੱਡੇ ਪੱਧਰ ਤੇ ਕਰਨਗੇ ਔਰ ਬਹੁਤ ਛੇਤੀ ਕਰਨਗੇ ਸਾਡੇ ਨਾਲ ਖੁਦ ਉਹਨਾਂ ਨਾਲ ਗੱਲਬਾਤ ਕਰਦੇ ਆ ਸਰ ਹਕੀਕਤ ਟੀਵੀ ਪੰਜਾਬੀ ਤੇ ਬਹੁਤ ਬਹੁਤ ਸਵਾਗਤ ਹੈ ਜੀ ਥੈਂਕ ਯੂ ਥੈਂਕ ਯੂ ਅਜੀਤ ਸਾਹਿਬ ਅੱਜ ਤੁਸੀਂ ਮਲੇਰਕੋਟ ਲਿਆਇਓ ਮਲੇਰਕੋਟ ਲੈ ਆਉਣ ਦਾ ਤੁਹਾਡਾ ਕੋਈ ਖਾਸ ਪਰਪਸ ਕਿਉਂਕਿ ਸਾਰਿਆਂ ਦੀਆਂ ਨਜ਼ਰਾਂ ਜਿਹੜੀਆਂ ਕੁੱਦੂ ਮਰਡਰ ਕੇਸ ਦੇ ਉੱਤੇ ਲੱਗੀਆਂ ਹੋਈਆਂ ਨੇ ਹਾਜੀ ਅਨਵਰ ਮਰਡਰ ਕੇਸ ਤੇ ਲੱਗੀਆਂ ਹੋਈਆਂ ਨੇ ਔਰ ਇੱਥੇ ਵੱਧ ਰਹੇ ਜਿਹੜੇ ਗੈਂਗਸਟਰਾਂ ਦੀਆਂ ਗਤੀਵਿਧੀਆਂ ਨੇ ਉਹਨਾਂ ਦੇ ਉੱਤੇ ਲੱਗੀਆਂ ਹੋਈਆਂ ਨੇ ਤੁਹਾਡਾ ਕੀ ਕਹਿਣਾ ਦੇਖੋ ਤੁਹਾਨੂੰ ਪਤਾ ਹੈ ਕਿ ਅਸੀਂ ਕੁੱਦੂ ਮਰਡਰ ਕੇਸ ਦੀ ਇਨਵੈਸਟੀਗੇਸ਼ਨ ਕਰ ਰਹੇ ਹਾਂ ਤੇ ਨਾਲ ਹੀ ਜੋ ਕਨੈਕਟਿਡ ਕੇਸ ਨੇ ਕਿਉਂਕਿ ਹਰ ਮਤਲਬ ਟਾਈਮ ਟੂ ਟਾਈਮ ਇੱਥੇ ਮਰਡਰ ਹੁੰਦੇ ਰਿਹਾ ਹੈ ਤਾਂ ਹਰ ਇੱਕ ਕੇਸ ਦਾ ਆਪਸ ਦੇ ਵਿੱਚ ਕੋਈ ਨਾ ਕੋਈ ਲਿੰਕ ਹਰ ਕੇਸ ਦੀ ਇਨਵੈਸਟੀਗੇਸ਼ਨ ਨੂੰ ਅਸੀਂ ਰਿਵਿਊ ਕਰ ਰਹੇ ਹਾਂ ਇਸ ਅਸੀਂ ਆਉਂਦੇ ਰਹਿੰਦੇ ਹਾਂ ਇਹ ਬਖਰੀ ਗੱਲ ਹੈ ਕਿ ਅੱਜ ਤੁਸੀਂ ਆਏ ਹੋ ਤੁਹਾਡੇ ਨਾਲ ਅਸੀਂ ਗੱਲਬਾਤ ਕਰ ਰਹੇ ਹਾਂ ਮੈਂ ਆਉਂਦਾ ਹਾਂ ਮੇਰੀ ਟੀਮ ਆਉਂਦੀ ਹੈ ਤੇ ਇੱਥੇ ਲੋਕਲ ਪੁਲਿਸ ਦੇ ਵੀ ਕੁਝ ਚੁਣਿੰਦਾ ਅਫਸਰ ਨੇ ਉਹ ਵੀ ਸਾਡੇ ਨਾਲ ਸਾਡੀ ਟੀਮ ਦੇ ਦੇ ਹਿੱਸਾ ਬਣ ਕੇ ਕੰਮ ਕਰ ਰਹੇ ਨੇ ਸਾਡਾ ਮਕਸਦ ਇਹ ਹੀ ਹੈ ਕਿ ਮਲੇਰ ਕੋਟਲਾ ਦੇ ਵਿੱਚ ਜੋ ਦਹਸਤ ਗਰਦਗਦੀ ਦਾ ਮਾਹੌਲ ਹੈ ਉਸ ਨੂੰ ਠੀਕ ਕੀਤਾ ਜਾਵੇ ਠੀਕ ਹੈ ਜੋ ਟਾਈਮ ਟੂ ਟਾਈਮ ਇਥੇ ਮਰਡਰ ਹੁੰਦੇ ਰਹਿੰਦਾ ਇੱਕ ਸਿਸਟਮ ਹੀ ਬਣ ਗਿਆ ਹੈ ਅੱਜ ਇੱਕ ਮਰਡਰ ਹੋਇਆ ਫਿਰ ਉਸ ਤੋਂ ਕੁਝ ਦਿਨ ਬਾਅਦ ਕੋਈ ਹੋਰ ਮਰਡਰ ਹੋ ਜਾਏਗਾ ਫਿਰ ਕੋਈ ਹੋਰ ਮਰਡਰ ਹੋ ਜਾਏਗਾ ਤੇ ਇਸ ਚੀਜ਼ ਨੂੰ ਇਸ ਸਿਲਸਿਲੇ ਨੂੰ ਅਸੀਂ ਤੋੜ ਦੇਣਾ ਚਾਹੁੰਦੇ ਹਾਂ ਜੀ ਜੀ ਤੇ ਅਜੀਤ ਸਾਹਿਬ ਜਿਹੜਾ ਰਿਟਾਇਰਡ ਜਿਹੜੇ ਡੀਜੀਪੀ ਹੈਗੇ ਉਹਨਾਂ ਵੱਲੋਂ ਹਾਜੀ ਅਨਵਰ ਕੇਸ ਦੇ ਵਿੱਚ ਅਪੀਲ ਕੀਤੀ ਗਈ ਤੇ ਕੁਦੂ ਦੇ ਪਰਿਵਾਰ ਵੱਲੋਂ ਖਾਸ ਕਰਕੇ ਅਪੀਲ ਕੀਤੀ ਗਈ ਜਿਹੜੇ ਇਲਜ਼ਾਮ ਲੱਗੇ ਨੇ ਉਸ ਦੇ ਵਿੱਚ ਕੁਝ ਅਪਡੇਟ ਹੈ ਜੀ ਕਿੱਥੇ ਤੱਕ ਪਹੁੰਚੇ ਇਹ ਦੋਨੇ ਮਾਮਲੇ ਦੇਖੋ ਉਹਨਾਂ ਦੀ ਵੀ ਗੱਲ ਸੁਣ ਲਈ ਗਈ ਦੂਸਰੇ ਪੱਖ ਦੀ ਵੀ ਗੱਲ ਸੁਣ ਲਈ ਗਈ ਬਿਆਨ ਵੀ ਲੈ ਲਿਆ ਗਿਆ ਹੈ ਹੋਰ ਜਿਨ੍ਹਾਂ ਦਾ ਬਿਆਨ ਲੈਣਾ ਹੋਗਾ ਲੈ ਲਿਆ ਜਾਊਗਾ ਜੀ ਹੋਗਾ ਵਹੀ ਜੋ ਸੱਚਾਈ ਹੋਗੀ ਜੀ ਜੋ ਕਾਨੂੰਨਨ ਰੂਪ ਦੇ ਵਿੱਚ ਸਹੀ ਹੋਗਾ ਵਹੀ ਹੋਗਾ ਵਹੀ ਸੱਚਾਈ ਸਾਹਮਣੇ ਅਸੀਂ ਲੈ ਕੇ ਆਵਾਂਗੇ ਜੀ ਜੀ ਤੇ ਅਜੀਤ ਸਾਹਿਬ ਫਿਰ ਇੱਕ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਛੇਤੀ ਜਿਹੜਾ ਸਾਰੇ ਮਾਮਲਿਆਂ ਦਾ ਜਿਹੜਾ ਨਤੀਜਾ ਉਹ ਲੋਕਾਂ ਨੂੰ ਦੇਖਣ ਨੂੰ ਮਿਲੂਗਾ ਤੁਸੀਂ ਇੱਥੇ ਅਪੀਲ ਕੀਤੀ ਹੈ ਕਿ ਦੋਵਾਂ ਹੀ ਮਾਮਲਿਆਂ ਵਿੱਚ ਕਿਸੇ ਵੀ ਮਾਮਲੇ ਦੇ ਵਿੱਚ ਅਗਰ ਕੋਈ ਬਿਆਨ ਦਰਜ ਕਰਾਉਣਾ ਚਾਹੁੰਦਾ ਹੈ ਫਿਲਹਾਲ ਕਈ ਵਾਰ ਹੁੰਦਾ ਹੈ ਕਿ ਸਿਆਸੀ ਦਬਾਅ ਵੀ ਹੁੰਦਾ ਹੈ ਤੁਹਾਨੂੰ ਮਿਲੇ ਤਾਂ ਕਿਸ ਤਰੀਕੇ ਨਾਲ ਮਿਲੇ ਦੇਖੋ ਬਹੁਤ ਸਾਰੇ ਲੋਕ ਸਾਨੂੰ ਮਿਲ ਰਹੇ ਨੇ ਜਦੋਂ ਅਸੀਂ ਆਉਂਦੇ ਹਾਂ ਮੈਂ ਆਉਂਦਾ ਹਾਂ ਮੇਰੀ ਟੀਮ ਦੇ ਬਾਕੀ ਅਫਸਰ ਆਉਂਦੇ ਨੇ ਇੱਥੇ ਵੀ ਲੋਕੇ ਬਿਆਨ ਦਰਜ ਕਰਵਾ ਰਹੇ ਨੇ ਸਾਡੇ ਦਫ਼ਤਰਾਂ ਦੇ ਵਿੱਚ ਮੁਹਾਲੇ ਦੇ ਵਿੱਚ ਇੰਟੈਲੀਜੈਂਸ ਦਫ਼ਤਰ ਦੇ ਵਿੱਚ ਸਾਡਾ ਦਫ਼ਤਰ ਹੈ ਉੱਥੇ ਵੀ ਆ ਕੇ ਲੋਕ ਸਟੇਟਮੈਂਟ ਦੇ ਰਹੇ ਨੇ WhatsApp ਤੇ ਵੀ ਬਹੁਤ ਸਾਰਾ ਲੋਕੀ ਪੇਜ ਰਹੇ ਨੇ ਤਾਂ ਕਿਸੇ ਵੀ ਤਰੀਕੇ ਦੇ ਨਾਲ ਕੋਈ ਵੀ ਆਪਣਾ ਬਿਆਨ ਦਰਜ ਕਰਾ ਸਕਦਾ ਹੈ ਜੇਕਰ ਆਪਣਾ ਨਾਂ ਗੁਪਤ ਰੱਖਣਾ ਚਾਹੁੰਦਾ ਹੈ ਗੁਪਤ ਵੀ ਰੱਖ ਸਕਦਾ ਹੈ ਉਹ ਚਾਹੇ WhatsApp ਤੇ ਪੇਜ ਦੇਵੇ ਜਾਂ ਕਿਸੇ ਤਰੀਕੇ ਦੇ ਨਾਲ ਅੱਜ ਕੱਲ ਬਹੁਤ ਸਾਰੇ ਤਰੀਕੇ ਹੋ ਗਏ ਨੇ ਸਾਡਾ ਨੰਬਰ ਉਹਰੇ ਅੱਗੇ ਸਾਰਿਆਂ ਦੇ ਕੋਲ ਹੈ ਇੱਥੇ ਇਸ ਕਰਕੇ ਉਹਦੇ ਵਿੱਚ ਕੋਈ ਦਿੱਕਤ ਨਹੀਂ ਹੈ ਜੋ ਮੰਨ ਲਓ ਸਿਕਰਟ ਤੌਰ ਤੇ ਸਿਕਰਟ ਇਨਫੋਰਮੇਸ਼ਨ ਦੇਣਾ ਚਾਹ ਰਿਹਾ ਹੈ ਉਹ ਵੀ ਠੀਕ ਹੈ ਜੇਕਰ ਜੇਕਰ ਕੋਈ ਸਟੇਟਮੈਂਟ ਰਿਕਾਰਡ ਕਰਨਾ ਚਾਹੁੰਦਾ ਹੈ ਉਹ ਵੀ ਰਿਕਾਰਡ ਕਰਾ ਸਕਦਾ ਹੈ ਇੱਥੇ ਕਰਾ ਦੇਵੇ ਜਾਂ ਮੋਹਾਲੀ ਸਾਡੇ ਦਫਤਰ ਦੇ ਵਿੱਚ ਕਰਾ ਦੇਵੇ ਕੋਈ ਗੱਲ ਜੀ ਜੀ ਤੁਸੀਂ ਆਪਣੀ ਬਰੀਫਿੰਗ ਦੇ ਵਿੱਚ ਅਜੀਤ ਸਾਹਿਬ ਕਿਹਾ ਕਿ ਜਿਹੜਾ ਇੱਥੇ ਦਾ ਮਾਹੌਲ ਹੈਗਾ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਜ਼ਿਆਦਾ ਖਰਾਬ ਹੋ ਸਕਦਾ ਸੀ ਕਿੜੀ ਨਾਲ ਕਿੜੀ ਮਲਾਈ ਜਾ ਰਹੀ ਹੈ ਤੇ ਫਿਰ ਉਹਨਾਂ ਗੈਂਗਸਟਰਾਂ ਨੂੰ ਕੀ ਕਹੋਗੇ ਜਿਹੜੀਆਂ ਤਿਆਰੀਆਂ ਕਰੀ ਬੈਠੇ ਨੇ ਇਸ ਤਰ੍ਹਾਂ ਦੀਆਂ ਮਾਹੌਲ ਖਰਾਬ ਕਰਨ ਵਾਲੀਆਂ ਗੈਂਗਸਟਰਾਂ ਤੇ ਅਸੀਂ ਨਜ਼ਰ ਰੱਖੇ ਹੋਏ ਹਾਂ ਜੀ ਕਈ ਉਹਦੇ ਵਿੱਚ ਜੇਲ੍ਹ ਦੇ ਵਿੱਚ ਬੰਦ ਨੇ ਜੇਲ੍ਹਾਂ ਦੇ ਵਿੱਚ ਉਹਨਾਂ ਦੀ ਐਕਟੀਵਿਟੀ ਤੇ ਨਜ਼ਰ ਰੱਖੀ ਜਾ ਰਹੀ ਹੈ ਜੋ ਬਾਹਰ ਨੇ ਉਹਨਾਂ ਦੀ ਐਕਟੀਵਿਟੀ ਤੇ ਨਜ਼ਰ ਰੱਖੀ ਜਾ ਰਹੀ ਹੈ ਤੇ ਸਾਡਾ ਮਕਸਦ ਹੀ ਇਹ ਹੈ ਕਿ ਜੋ ਕ੍ਰਾਈਮ ਜਕਰ ਹੋਣ ਦੀ ਸੰਭਾਵਨਾ ਹੈ ਉਹਨੂੰ ਰੋਕ ਲਿਆ ਜਾਵੇ ਜੀ ਜੀ ਠੀਕ ਹੈ ਜੀ ਇਹ ਗੱਲ ਹੈ ਅਜੀਤ ਸਾਹਿਬ ਇੱਕ ਆਖਰੀ ਸਵਾਲ ਇਹ ਹੈ ਕਿ ਇੱਕ ਇੱਕ ਸਾਲ ਦੇ ਵਿੱਚ ਜਾਂ ਦੋ ਮਹੀਨੇ ਦੇ ਵਿੱਚ ਜਿਹੜਾ ਮਾਹੌਲ ਹੈ ਕਿਸੇ ਸ਼ਹਿਰ ਦਾ ਨਹੀਂ ਖਰਾਬ ਹੁੰਦਾ ਤੁਹਾਡਾ ਬਹੁਤ ਵੱਡਾ ਤਜਰਬਾ ਹੈ ਬਹੁਤ ਵੱਡੇ ਵੱਡੇ ਮਾਮਲਿਆਂ ਨੂੰ ਤੁਸੀਂ ਹੱਲ ਕੀਤਾ ਔਰ ਨਤੀਜੇ ਤੇ ਲਿਆ ਕੇ ਰੱਖਿਆ ਮਲੇਰ ਕੋਟਲਾ ਸ਼ਹਿਰ ਦੇ ਵਿੱਚ ਤੁਸੀਂ ਕੀ ਮੰਨਦੇ ਹੋ ਕਿ ਕੀ ਕਾਰਨ ਰਿਹਾ ਕਿ ਗੈਂਗਸਟਰਾਂ ਨੂੰ ਠਿੱਲ ਦਿੱਤੀ ਗਈ ਜਾਂ ਗੈਂਗਸਟਰਾਂ ਦੀ ਪੁਸ਼ਤ ਪਨਾਹੀ ਸਿਆਸੀ ਲੋਕਾਂ ਵੱਲੋਂ ਕੀਤੀ ਗਈ ਦੇਖੋ ਜਿੱਥੇ ਤੱਕ ਮਲੇਰ ਕੋਟਲਾ ਦਾ ਸਵਾਲ ਤੁਸੀਂ ਲੈ ਰਹੇ ਹੋ ਜੀ ਮਲੇਰ ਕੋਟਲਾ ਦਾ ਪੂਰੇ ਪੰਜਾਬ ਦੇ ਵਿੱਚ ਪੰਜਾਬ ਵੀ ਨਹੀਂ ਹਿੰਦੁਸਤਾਨ ਦੇ ਵਿੱਚ ਇੱਕ ਬਖਰਾ ਇੰਪੋਰਟੈਂਸ ਹੈ ਠੀਕ ਹੈ ਕਿ ਨਹੀਂ ਤੇ ਇੱਕ ਹਿਸਟੋਰੀਕਲ ਸਟਰ ਹੈ ਅਸੀਂ ਸਾਰੇ ਜਾਣਦੇ ਹਾਂ ਲੇਕਿਨ ਮਾਹੌਲ ਤਕਰੀਬਨ ਪਿਛਲੇ 10 ਸਾਲਾਂ ਤੋਂ ਖਰਾਬ ਹੀ ਹੋਇਆ ਹੈ ਠੀਕ ਹੈ ਤੇ ਅਸੀਂ 10 ਸਾਲਾਂ ਦੇ ਵਿੱਚ ਜਿੰਨੇ ਵੀ ਕ੍ਰਾਈਮ ਇਸ ਤਰ੍ਹਾਂ ਦੇ ਹੋਏ ਨੇ ਸਾਰੇ ਕ੍ਰਾਈਮਸ ਨੂੰ ਤੇ ਉਹਨਾਂ ਦੀ ਤਫਤੀਸ਼ ਨੂੰ ਅਸੀਂ ਰਿਵਿਊ ਕਰ ਰਹੇ ਹਾਂ ਰਿਵਿਊ ਕਰਕੇ ਜੋ ਸੱਚਾਈ ਹੋ ਗਈ ਜਿਸ ਦਾ ਦੋਸ਼ ਪਾਇਆ ਜਾਏਗਾ ਉਸ ਦੇ ਖਿਲਾਫ ਕਾਰਵਾਈ ਕੀਤੀ ਜਾਏਗੀ ਇਹਨੇ 10 ਸਾਲਾਂ ਦੇ ਵਿੱਚ ਆਰਗੇਨਾਈਜ਼ਡ ਕ੍ਰਾਈਮ ਵਾਲੇ ਲੋਗ ਨੇ ਜਾਂ ਸਿਆਸੀ ਲੋਗ ਨੇ ਹਜੇ ਤੱਕ ਜਿਹੜਾ ਕਾਰਵਾਈ ਦੇ ਵਿੱਚ ਤੁਹਾਡੇ ਸਾਹਮਣੇ ਆਏ ਨੇ ਦੇਖੋ ਕਈ ਲੋਕ ਇਸ ਤਰ੍ਹਾਂ ਦੇ ਹੁੰਦੇ ਨੇ ਜੋ ਕ੍ਰਾਈਮ ਨੂੰ ਮਤਲਬ ਬੈਕਗ੍ਰਾਉਂਡ ਦੇ ਵਿੱਚ ਰਹਿ ਕੇ ਅੰਜਾਮ ਦਿੰਦੇ ਨੇ ਠੀਕ ਹੈ ਨਾ ਉਹਦਾ ਦਾ ਨਾ ਸਾਹਮਣੇ ਨਹੀਂ ਹੁੰਦਾ ਲੇਕਿਨ ਜੋ ਹੁਣ ਅਸੀਂ ਤਪਤੀਸ ਕਰ ਰਹੇ ਹਾਂ ਉਸ ਦੇ ਵਿੱਚ ਸਾਰਾ ਕੁਝ ਸਾਹਮਣੇ ਆ ਜਾਏਗਾ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਦੇ ਲਈ ਸੋ ਇਹ ਸਨ ਆਜੀ ਕੋਵਰ ਵਿਜੇ ਪ੍ਰਤਾਪ ਜਿਨ੍ਹਾਂ ਨੇ ਅੱਜ ਮਲੇਰ ਕੋਟਲਾ ਦੇ ਵਿੱਚ ਪਹੁੰਚ ਕੇ ਉਹਨਾਂ ਗੈਂਗਸਟਰ ਨੂੰ ਸਖਤ ਤਾੜਨਾ ਕੀਤੀ ਹੈ ਕਿ ਜਿਹੜੇ ਕਿਸੇ ਨਾ ਕਿਸੇ ਤਰੀਕੇ ਨਾਲ ਸ਼ਹਿਰ ਦਾ ਮਾਹੌਲ ਖਰਾਬ ਕਰਨ ਚ ਲੱਗੇ ਹੋਏ ਨੇ ਔਰ ਨਾਲ ਉਹ ਨਾਲ ਉਹਨਾਂ ਨੇ ਇੱਕ ਗੱਲ ਜਿਹੜੀ ਸਪਸ਼ਟ ਕੀਤੀ ਹੈ ਕਿ ਆਉਣ ਵਾਲੇ 1-2 ਮਹੀਨੇ ਦੇ ਵਿੱਚ ਚਾਹੇ ਕੁਦੂ ਮਟਰ ਮਾਮਲਾ ਹੋਵੇ ਫਿਰ ਹਾਜੀ ਅਨਵਰ ਦਾ ਕਤਲ ਮਾਮਲਾ ਹੋਵੇ ਸਾਰੇ ਜਿਹੜੇ ਤੱਥ ਨੇ ਉਹ ਜਨਤਾ ਦੀ ਕਚਹਿਰੀ ਵਿੱਚ ਉਹ ਪੇਸ਼ ਕਰਨਗੇ ਕਾਸਿਫ ফারুকੀ ਹਕੀਕਤ ਟੀਵੀ ਪੰਜਾਬੀ ਮਲੇਰ ਕੋਟਲਾ